बिस्मिल्लाहिर्रहमानिर्रहीम, अस्सलामु अलैकुम। सारे भैन भाइयों ने अल्लाह खुश रखे, आबाद रखे। चैनल सब्सक्राइब नहीं किया हो मेरा अली व्लॉग्स, इनू कर लियो ताकि हर वीडियो बर वक्त थानू मिल सके। अच्छा जी, नाश्ता किया वा, नाश्ता करके हूँ मैं फ्री हुई सी। तो मैं ना बाजी सनवरा दे आँदी आ छोटी ईद के कपड़े, मैं कहा चलो बाजी के टाइम ना सिलाई हो जाए। तो मैं जी शॉपिंग करके लैके आई हूँ, अपन भैन शेयर कर दी बाई सनवरा सेक्शन च भी भैन पूछ रही सन कि बाजी के कपड़े नहीं लैके आओ, मेरा अपने ले आई। मैं लैके आई हाँ, लेकिन मैं वीडियो नहीं बना जी। हूँ मैं चलनी हाँ अंदर पे कपड़े, तो मैं जरा ना कपड़े लैके आनी हाँ बाई सनवरा दे छोटी ईद वास्ते जोड़े ले आ। टंटना, अच्छा जी बाजी सनवरा दी शॉपिंग, बाजी ईद दी शॉपिंग। ये किवें हो सकता कि असी जो अपने लैके आवी तो बाजो तो भूल जाइए, लेकिन फिर तुम्हें पता है लेकिन ਹੁੰਦਾ ਯੂਟਿਊਬ ਪਰ ਦੀ ਜ਼ਿੰਦਗੀ ਜਿਹੜੀ ਉਹਦੇ ਵਿੱਚ ਉਹਨਾਂ ਸਾਰਾ ਕੁਝ ਸੋਚਣਾ ਪੈਂਦਾ। ਨਾਲੇ ਮੈਂ ਆਪਣੇ ਲਏ ਸੀ, ਮੈਂ ਲਏ ਚੌਕਾ ਸੰਤੋਦਨ, ਤੇ ਫਿਰ ਮੈਂ ਬਾਜੀ ਨੂੰ ਬਾਜੀ ਦੇ ਪਸੰਦ ਦੇ ਲੈ ਕੇ ਦਿੱਤੇ ਆ, ਤੇ ਫਿਰ ਮੈਂ ਵੀਡੀਓ ਨਹੀਂ ਸੀ ਬਣਾਈ। ਮੈਂ ਕਹਾਂ ਮੈਂ ਚਲੋ ਵੱਖਰੀ ਵੀਡੀਓ ਪੜ ਜੇ, ਨਾਲੇ ਮੈਂ ਵੀਡੀਓ ਮੈਂ ਆਪ ਸਹੀ ਪੁੱਛੋ ਤਾਂ ਮੈਂ ਆਪ ਪਹਿਲੀ ਵਾਰੀ ਵੇਖਣ ਲਗਾ ਤੇ ਸਾਹ ਪੀ ਗਈ ਸੀ ਉਦੋਂ। ਹਾਂਜੀ, ਇਹ ਤਾਂ ਬਾਜੀ ਦਾ ਕਲਰ ਆ ਨਾ। ਅੱਛਾ ਅੱਛਾ, ਬਾਜੀ ਦਾ ਕਲਰ। ਬਾਕੀ ਕਲੌਥ ਹਾਊਸ ਸਾਡੇ ਫਤਿਹਪੁਰ ਦੀ ਸਭ ਤੋਂ ਬੈਸਟ ਦੁਕਾਨ। ਇਹ ਸਾਰੀਆਂ ਭੈਣਾਂ ਨਹੀਂ ਦੱਸੀ ਸੀ ਕਮੈਂਟ ਸੈਕਸ਼ਨ 'ਚ। ਅੱਛਾ ਜੀ, ਮੀਆਂ ਆ ਗਈਆਂ ਵਾ। ਕੋਈ ਸੂਟ ਐਸਾ ਹੁੰਦਾ ਵਾ ਕਿ ਉਹਦੇ ਨਾਲ ਨਾ ਲੌਨ ਦੀ ਚਾਦਰ ਲੈਣੀ ਪੈਂਦੀ ਹੈ। ਇਹ ਵਾਲੀ ਬਾਜੀ ਨੂੰ ਮੈਂ ਇੱਕ ਲੌਨ ਦੀ ਚਾਦਰ ਲੈ ਕੇ ਦਿੱਤੀ ਆ। ਮਾਸ਼ਾਅੱਲਾ, ਇੱਕ ਮਿੰਟ ਮੈਂ ਖਲਾਰ ਲਵਾਣਾ ਸਿੱਧੀ ਸਾਈਡ ਕਿਹੜੀ ਆ। ਇਹ ਤਾਂ ਸਿੱਧ ਪੁੱਟ ਦਾ ਵੀ ਪਤਾ ਲੱਗਦਾ। ਚਲੋ ਜਿਹੜੀ ਵੀ ਹੈ ਇਹ ਜੀ। ਹਾਂਜੀ, ਇਹ ਹੀ ਸਿੱਧੀ ਸਾਈਡ ਆਪਾਂ ਹੀ ਕਹਿ ਦਿੰਦੇ, ਨਹੀਂ ਪੁੱਠੀ ਸਾਈਡ ਆ। ਨਹੀਂ ਨਹੀਂ, ਇਹ ਹੀ ਸਿੱਧੀ ਸਾਈਡ ਆ। ਅੱਛਾ ਜੀ, ਅਸੀਂ ਕੰਫਿਊਜ਼ ਹੋ ਜਗੇ। ਸ਼ਾਮ ਤੱਕ ਐਵੇਂ ਹੀ ਅਸਾਂ ਜਿਹੜਾ ਸਿੱਧੀ ਪੁੱਠੀ ਚ ਸ਼ਾਮ ਤੱਕ। ਇਹ ਤਾਂ ਮਤਲਬ ਦੇਖੋ ਕਿੰਨੀ ਪਿਆਰੀ ਤਾਰਕਸ਼ੀ ਹੋਈ ਆ, ਕਢਾਈ ਆ, ਔਰ ਇਹ ਲੌਨ ਦੀ ਚਾਦਰ ਆ। ਕਿਸ ਤਰ੍ਹਾਂ ਲੱਗੀ ਆ? ਮਾਸ਼ਾਅੱਲਾ, ਸਾਡੀ ਮਾਂ ਦੇ ਕਿੰਨੀ ਸੋਹਣੀ ਲੱਗੇ ਦੀ ਚਾਦਰ। ਅੱਛਾ ਜੀ, ਇਹ ਹੋ ਗਈ ਚਾਦਰ, ਨਾਲ ਲੱਗਦੀ ਥੱਪਦੀ ਹੈ ਕਿਉਂਕਿ ਈਦ ਦੇਣੀ ਆ ਆਪਣੀ। ਬਾਜੇ ਦੀਆਂ ਚੂੜੀਆਂ ਹੈ, ਵੰਗਾਂ ਤੇ ਮਹਿੰਦੀ, ਇਹ ਬਹੁਤ ਸਾਰਾ ਕੁਝ ਪਤਾ ਤੇ ਉਹ। ਅੱਛਾ ਜੀ, ਜਦੋਂ ਅਸਾਂ ਈਦ ਦੇਣੀ ਹੁੰਦੀ ਉਦੋਂ ਅਸੀਂ ਧੀ ਧਿਆਣੀ ਬਣਾ ਲੈਨੇ ਤੇ ਅੱਗੇ ਪਿੱਛੇ ਸਾਡੀ ਮਾਂ। ਅੱਛਾ ਜੀ, ਚੂੜੀਆਂ ਪੁਆ ਕੇ ਆਣੀਆਂ ਵਾ। ਅੱਛਾ, ਇਦੋਂ ਦੋ ਤਿੰਨ ਦਿਨ ਪਹਿਲੇ, ਦੋ ਦਿਨ ਪਹਿਲਾਂ ਜਿਹੜਾ। ਹਾਂ, ਕੱਪੜੇ ਤਾਂ ਸਿਲਾਈ ਕਰਾਉਣੇ ਹੁੰਦੇ, ਚੂੜੀਆਂ ਕਿਹੜਾ ਸਿਲਾਈ ਕਰਾਉਣੀਆਂ ਹੁੰਦੀਆਂ। ਮੈਂ ਬਾਜੀ ਨੂੰ ਕਿਹਾ ਸੀ ਲੈ ਲਓ ਚੂੜੀਆਂ ਆਪਣੀ ਪਸੰਦ ਦੀਆਂ, ਲੇਕਿਨ ਬਾਜੀ ਨੂੰ ਘਰ ਵੀ ਆ ਜਾਂਦੀਆਂ ਵਾ, ਲੇਕਿਨ ਉੱਥੇ ਤਾਜ਼ੀਆਂ ਪੁਆ ਕੇ ਆਵਾਂਗੇ। ਹਾਂ, ਸਹੀ, ਰਕਸ਼ਾ ਵਾਲੇ ਭਾਈ ਦਾ ਨਾ ਟਾਈਮ ਹੋ ਗਿਆ ਸੀ, ਇਦੋਂ ਇੱਕ ਦੋ ਦਿਨ ਪਹਿਲੇ। ਮਾਸ਼ਾਅੱਲਾ, ਇਹ ਵਾਲੀ ਬ੍ਰਾਂਡ ਆ ਬਾਜੀ ਨੂੰ, ਇਹ ਕਲਰ ਬੜਾ ਪਿਆਰਾ ਲੱਗੇ। ਅੱਛਾ ਜੀ, ਬਾਜੀ ਇਹਦੇ ਪਸੰਦ ਆ, ਇਹ ਸੂਟ ਮੇਰੀ ਪਸੰਦ ਦਾ ਵਾ, ਇਹ ਵੀ ਵੈਸੇ ਮੇਰੀ ਪਸੰਦ ਦਾ ਵਾ। ਇਹ ਮੈਂ ਬਾਜੀ ਨੂੰ ਕਿਹਾ ਸੀ ਲਵੋ। ਸਭ ਤੋਂ ਪਹਿਲੇ ਕਮੀਜ਼ ਦਿਖਾਉਂਦੇ ਹਾਂ ਤਸੱਲਾ ਨਾ, ਇਨਸ਼ਾਅੱਲਾ। ਅੱਜ ਵੀਡੀਓ ਬਣਾਈ ਆ, ਦੇਣ ਅੱਜ ਨਹੀਂ ਜਾਣਾ ਬਾਜੋ ਨੂੰ, ਨਾ ਟਾਈਮ ਆ, ਕਿਉਂਕਿ ਅਸੀਂ ਜਾਣਾ ਵਾ ਫਤਿਹਪੁਰ, ਥੋੜ੍ਹਾ ਕੰਮ ਆ ਮਿੰਤੀ ਅਲੀ ਨੂੰ। ਆਲ ਓਵਰ ਆ, ਥੋੜ੍ਹਾ ਚੁਨਰੀ ਚ ਆ ਜਾਂਦਾ ਵਾ। ਸਹੀ, ਹਾਂ, ਇੱਕੋ ਜਿਹਾ ਡਿਜ਼ਾਈਨ। ਗਲਾ ਛਲਾ ਕੋਈ ਨਹੀਂ ਇਹਦਾ? ਨਹੀਂ, ਗਲਾ ਕੋਈ ਨਹੀਂ ਆ, ਨੀਚੇ ਬਾਰਡਰ ਲੱਗੇਗਾ। ਹਾਂ, ਬਾਰਡਰ ਲਗਾ ਲਾਂਗੇ ਨਾ। ਕਲਰ ਜਿਹੜਾ ਵਿੱਚ ਹੈ ਆਈਫੋਨ 'ਚ ਉਹੀ ਆ ਰਿਹਾ ਵਾ। ਉਹ ਹੀ ਆ ਰਿਹਾ, ਆਈਫੋਨ ਹੈ ਤੇਰਾ, ਸੈਮਸੰਗ ਨਹੀਂ। ਫਿਲਟਰ ਲਗਾਉਂਦਾ ਮੇਰੇ ਸੈਮਸੰਗ ਪਿਆਰਾ ਵਾ। ਹਾਂ, ਜ਼ਬਰਦਸਤ। ਅੱਛਾ ਜੀ, ਨਾਲ ਲੱਗਦੀਆਂ ਮੈਂ ਤੈਵਾਂ ਲਾਉਣਾ ਚਾਹੁੰਦੀ ਹਾਂ, ਕਿਉਂਕਿ ਗਿਫਟ ਕਰਨਾ ਨਾ ਬਾਜੋ ਨੂੰ, ਤੇ ਇਸ ਕਰਕੇ ਫਿਰ ਮੈਂ ਨਹੀਂ ਚਾਹੁੰਦੀ ਵੀ ਜਿਹੜਾ ਨਾ ਕੱਪੜਾ ਖਰਾਬ ਹੋਵੇ। ਬਹੁਤ ਪਚ ਜਾਂਦੀ। ਹਾਂਜੀ, ਪਸੰਦ ਆਇਆ ਕਲਰ? ਬਹੁਤ ਪਿਆਰਾ। ਅੱਛਾ, ਸ਼ੁਕਰ ਆ, ਸਾਡੀਆਂ ਸ਼ਾਮਾਂ ਲਿਆਂਦੀਆਂ ਵੀ ਅਰੀ ਪਸੰਦ ਕਰਨ ਲੱਗ ਪਏ, ਨਹੀਂ ਤਾਂ ਰਿਜੈਕਟ ਕਰ ਦਿੰਦੇ। ਸੇਮ ਪਲੇਨ ਸ਼ਲਵਾਰ ਆ। ਗੁੱਡ, ਠੀਕ ਹੋ ਗਿਆ। ਐਡ ਬਟਾ ਜਿੰਦਿਆਂ ਦੀ ਕਿੱਡੀ ਸੋਹਣੀ ਆਵਾਜ਼, ਮਿੱਠੀ ਮਿੱਠੀ। ਅਸੀਂ ਕਿਹਾ ਭੈਣ ਭਾਈਆਂ ਨਾਲ ਨਾ ਵਿਊ ਚੇਂਜ ਕਰਦੇ ਆ ਥੋੜਾ ਨਾ, ਬਾਹਰ ਬਹਿ ਕੇ ਸਾਡੇ ਭੈਣ ਭਾਈ ਇਸ ਚੀਜ਼ ਨੂੰ ਤਰਸੇ ਹੋਏ ਵਿਊ ਨੂੰ, ਤੇ ਅਸੀਂ ਬਾਹਰ ਬਹਿ ਕੇ ਵੀਡੀਓ ਬਣਾਉਂਦੇ ਹਾਂ, ਇਸ ਕਰਕੇ ਵਿਊ ਚੇਂਜ ਕੀਤਾ ਵਾ। ਤੇ ਦੁਪੱਟਾ ਪਿਆਰਾ ਵਾ, ਬਹੁਤ ਪਿਆਰਾ ਹੈ, ਮਾਸ਼ਾਅੱਲਾ। ਸਾਈਡਾਂ ਤੇ ਬਾਰਡਰ ਗੁੱਡ, ਪਸੰਦ ਆਇਆ? ਹੁਣ ਦੱਸੋ ਕੈਸਾ ਸੂਟ? ਅੱਗੇ ਦੱਸਿਆ ਤੇ ਕਿੰਨੀ ਵਾਰ ਦੱਸਿਆ, ਨਹੀਂ ਦੁਪੱਟਾ ਹੁਣ ਦੇਖਿਆ ਨਾ। ਅੱਲਾ ਪਾਣਾ ਨਸੀਬ ਕਰੇ ਸਾਰੀ ਭੈਣ ਨੂੰ। ਇਹਦੇ ਵਿੱਚ ਹੀ ਪਾ ਦੇ, ਵਿੱਚ ਹੀ ਪਾਉਣ ਲੱਗੀ। ਹੁਣ ਮੇਰੀਆਂ ਤੁਸੀਂ ਤੈਵਾਂ ਲਾਉਣੀਆਂ ਦੇਖਿਓ, ਤੈਵਾਂ ਤਾਂ ਤੇਰੀਆਂ ਤਾਂ ਪੂਰੇ ਨੈਟ ਤੇ ਮਸ਼ਹੂਰ ਨੇ, ਤੈਨੂੰ ਉਹ ਤਾਂ ਦੱਸਣ ਦੀ ਲੋੜ ਹੀ ਕੋਈ ਨਹੀਂ। ਅੱਛਾ ਜੀ, ਇਹ ਸੂਟ ਤੇ ਹੁਣ ਇਹ ਵਾਲਾ ਸੂਟ ਜਿਹੜਾ ਵਾ, ਇਹ ਵੀ ਮੈਂ ਆਪਣੀ ਭੈਣਾਂ ਨੂੰ ਦਿਖਾਵਾਂ। ਇਹ ਵਾਲੀ ਜਿਹੜੀ ਬ੍ਰਾਂਡ ਆ, ਦਿਖਾਓ
अल्फ़ जुगनू अलिफ जुगनू अलिफ जुगनू। अच्छा जी, एक बाजी ने प्रिंट लिया से, ये जी बाजी दे अपनी पसंद के कपड़े आ। मैं कैसे मैं पैसा भरना वा ते तुसी अपनी पसंद के कपड़े ले लो। हर बंदे दी पसंद होंदी अपनी अपनी। ओके माशाल्लाह। एक मिनट एवें दा एक सूट ते काका इन भी चाहिए। कैवें काके अपना काका जिहड़ा है असली काका काका सूरा बीबी नहीं काके तो थोड़ा ना फिर बॉर्डर गया रहा वा, क्योंकि बाजी फिर दरमियानी उम्र जा जाते हैं। कढ़ाई आ, दिखाओ गला नज़दीक करके। ए जी बॉर्डर है नीचे प्रिंट, और इसके उपर आ जाती अगे कढ़ाई। उच्ची बोल फिर भैन आदि ने मेरा तेरी आवाज नहीं आती। अच्छा जी उत्ते कढ़ाई आ। अच्छा जी, उस तो अगे आ जाती बैक साइड, देखो ना बैक साइड थोड़ी गहरी अम्मा जी तो। अम्मा जी अपनी पसंद का लैके आए। ए जी बैक साइड मिर्चा किनिया सोनिया बनिया, मिर्चा नहीं पत्तियां ने। पत्तियां हाँ टाली दिया। हाँ टाली आ। अपनी टाली असर भी दिखाओ ता केड़ी। हाँ अपनी टाली दी क्या जी वाह। हाँ साड़ी कोठी दा रोह बा ऐस अगा बाहर वेच इन्हें कड़े ना नवे ताजे पत्ते ते फिर तू वेखी ते नाल अंगूर दी वल भी अतकी चढ़ जानी माशाल्लाह माशाल्लाह। ए जी बाजू ਕਿਹੜਾ ਪਹਿਲੇ ਨੰਬਰ ਤੇ ਸੂਟ ਹੈ? ਦੁਪੱਟਾ ਦੇਖ ਕੇ ਫਿਰ ਡਿਸਾਈਡ ਕਰਿਓ। ਐ ਇਹ ਵਾਲਾ? ਹਾਂ ਅੱਛਾ, ਫਿਲਹਾਲ ਤੇ ਐ ਦੁਪੱਟਾ ਵੇਖਣ ਦੇ। ਚੱਲਣ ਤੇ ਆਲਾ ਤੇ ਲਾਂਦੀ ਜਾ ਨਾਲ ਨਾਲ ਫਿਰ। ਅੱਛਾ ਹਾਂ, ਫਿਰ ਬੰਦਾ ਨਾ ਕਾ ਨਹੀਂ ਪੈਂਦਾ। ਅੱਜ ਨੇ ਆਪਣੀ ਪਸੰਦ ਦੇ ਕੱਪੜੇ ਲਏ ਆ ਤੇ ਹਰ ਬੰਦਾ ਆਪਣੀ ਪਸੰਦ ਆਪਣੀ ਆਪਣੀ ਹੁੰਦੀ ਆ ਆਪਣੀ। ਬਾਜੋ ਦੀ ਈਦ ਹੈ ਨਾ? ਮੈਂ ਠੀਕ। ਹਾਂ ਦੋ ਸੂਟ ਆਂਦੇ ਇੱਕ ਚਾਦਰ ਆਂਦੀ। ਬਾਜੋ ਟਾਈਮ ਲੱਗਦਾ ਇਦਾਂ ਦੇ ਰੰਗ ਪਾਉਂਦੀ। ਹਾਂ ਬਾਜੋ ਆਪਣੀ ਪਸੰਦ ਦੇ ਲੈ ਕੇ ਜੁੱਤੀ ਦੀ ਜਗ੍ਹਾ ਤੇ ਚਾਦਰ ਲੈ ਆਤੀ। ਹਾਂ ਆਪਣੀ ਪਸੰਦ ਦੇ। ਹਾਂ ਆਪਣੀ ਪਸੰਦ ਦੇ ਹੀ ਲੈ ਕੇ ਆਈ। ਕਹਿ ਰਹੀ ਸੀ ਮੈਂ ਕੋ ਜੁੱਤੀਆਂ ਬਹੁਤ ਆ। ਆ ਸੇਮ ਸ਼ਲਵਾਰ ਹਾਂਜੀ, ਇਹ ਦੁਪੱਟਾ ਇਹਦੇ ਨਾਲ ਉਹਦੀ ਮੈਂ ਤੈਅ ਕੀਤੀ ਪਹਿਲੇ, ਕਿਉਂਕਿ ਬਾਜੀ ਨੇ ਗਿਫਟ ਦੇਣੇ ਨੇ ਇਸ ਕਰਕੇ। ਆਹ ਥੱਲੇ ਨਾ ਸੁੱਟੋ, ਉਹਦੇ ਥੱਲੇ ਨਾ ਜਾਏਂਗੇ ਪੈਸੇ ਲਾਏ। ਇਹਦੀ ਸਾਈਡਾਂ 'ਤੇ ਇਹ ਵਾਲੀ ਚੀਜ਼ ਆ, ਦਿਖਾਇਓ ਚਮਕੀਲੀ ਚਮਕੀਲੀ। लेकिन ओवरऑल दूजे मेनू ज्यादा अच्छा लगे, लेकिन महंगा दूजा ज्यादा मेरा ख्याल। महंगा दूसरा ज्यादा ਇਸ ਵਾਰ ਤੈਨੂੰ ਬਾਜੀ ਨਹੀਂ ਆ ਪਾਣੀ ਹੁੰਦੇ, ਫਿਰ ਆਪਣੀ ਪਸੰਦ ਕਿਸੇ 'ਤੇ ਨਹੀਂ ਥੱਪਣੀ ਚਾਹੀਦੀ। ਜਿਵੇਂ ਦਾ ਉਹਨੂੰ ਸੋਹਣੇ ਲੱਗਦੇ ਨੇ ਉਵੇਂ ਦਾ ਫਿਰ ਬੰਦਾ ਜਿਹੜਾ ਵਾ। ਹਰ ਬੰਦੇ ਦੀ ਆਪਣੀ ਪਸੰਦ ਹੁੰਦੀ ਹੈ, ਜਿਵੇਂ ਦੀ ਕੋਈ ਮਰਜ਼ੀ ਲਵੇ ਸਾਡਾ ਕੰਮ ਸੀ। ਮੈਂ ਤਾਂ ਮੈਂ ਆਪਣੀ ਪਸੰਦ ਥੱਪ ਸਕਣਾ ਤੇ ਆਪਣੀ ਪਸੰਦ ਥੱਪ ਥੱਪ ਕੇ ਤੇ ਜਿਹੜਾ ਇਹਨੂੰ ਡੀਸੈਂਟ ਕਲਰ ਪਾਉਣੇ ਸ਼ੁਰੂ ਕਰ ਦਿੱਤੇ। ਇਹ ਬੜੀ ਗੱਲ ਹੈ ਜੀ। ਅੱਛਾ ਵੀ ਮੇਰੀਓ ਭੈਣੋ ਥੱਲੇ ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਿਓ। ਭੈਣਾ ਤਾਂ ਅੱਗੇ ਤੁਹਾਡੇ ਨਾਲ। ਹਾਂ ਮੈਂ ਦੱਸਦੀ ਆ ਵੀ ਅੱਗੇ ਅਸੀਂ ਬ੍ਰਾਂਡ ਨਹੀਂ ਸੀ ਪਾਉਂਦੇ ਹੁੰਦੇ। ਹਾਂ ਜਿਹੜੀ ਗੱਲ ਸੱਚੀ ਆ, ਅਸਲੀਅਤ ਅਸਲੀਅਤ ਹੁੰਦੀ ਹੈ। ਨਹੀਂ ਅੱਗੇ ਚਾਪੜ ਪਾਉਂਦੀ ਸੀ ਤੇ ਹੁਣ ਨਿੱਕੀ ਪੁੜੀ ਵਾਲੇ ਪਾਣੀ। ਚਾਪੜ ਵਾਲੀ ਨਹੀਂ ਗੱਲ ਹੈਗੀ, ਗੱਲ ਇਹ ਆ ਕਿ ਉਦੋਂ ਮੈਂ ਸਸਤੇ ਪਾਉਂਦੀ ਸੀ। ਮੈਨੂੰ ਹੋਰ ਹੱਸ ਲੈਂਦੇ ਤੁਹਾਨੂੰ ਜਿਹੜੇ ਹਾਸੇ ਚੜੇ ਹੋਏ ਨਾ ਮੈਂ ਕੱਢ ਦੇਣੇ। ਅੱਛਾ ਜੀ, ਇਹ ਸੀ ਸਾਡੀ ਧੀ ਧਿਆਣੀ ਦੀ ਈਦ। ਹਾਂਜੀ ਸਾਡੀ ਹੋਰ ਵੀ ਧੀਆਂ ਦੇ ਪਤਾ ਕਿੰਨੇ ਲਵਾਜ਼ਮਾਤ ਹੁੰਦੇ ਨੇ। ਹਾਂਜੀ ਬਿਲਕੁਲ। ਇਹਦਾ ਬਟਨ ਨਹੀਂ ਹੈ ਰੱਖੇ? ਹੈ ਇਹਦਾ ਬਟਨ ਨਹੀਂ ਹੈ? ਨਹੀਂ ਬਟਨ ਨਹੀਂ ਹੈ। ਦੋਨੋਂ ਸੂਟ ਸੋਹਣੇ, ਅੱਲਾ ਪਾਕ ਬਾਜੀ ਜੀ ਪਾਣੇ ਨਸੀਬ ਕਰੇ। ਬਾਜੀ ਦੀ ਆਪਣੀ ਪਸੰਦ ਦੇ ਕੱਪੜੇ ਲੈ ਕੇ ਦਿੱਤੇ। ਮੈਂ ਅਗਲੇ ਦਿਨ ਗਈ ਸੀ ਨਾ ਜਿਸ ਦਿਨ ਅੰਮਾ ਜੀ ਉਹਨਾਂ ਦੇ ਨਾਲ, ਤੇ ਬਾਜੀ ਦੇ ਮੈਂ ਲੈ ਲਏ ਸੀ ਲੇਕਿਨ ਵੀਡੀਓ ਨਹੀਂ ਸੀ ਬਣਾਈ, ਤੇ ਮੈਂ ਬਣਾਉਣਾ ਚਾਹ ਰਹੀ ਸੀ ਲੇਕਿਨ ਉਹਦੇ ਅੱਗੇ ਫਿਰ ਲੰਮੀ ਬਹੁਤ ਜ਼ਿਆਦਾ ਹੋ ਗਈ ਸੀਗੀ, ਤੇ ਇਸ ਕਰਕੇ ਇਹ ਚਾਦਰ ਬਾਜੀ ਨੇ ਲੈਤੀ ਹੈ। ਚੂੜੀਆਂ ਬਾਜੀ ਨੂੰ ਜਿਹੜਾ ਨਾ ਚੜਵਾ ਦੂੰਗੀ ਦੋ ਤਿੰਨ ਦਿਨ ਪਹਿਲਾਂ। ਹਾਂਜੀ 2 ਦਿਨ ਪਹਿਲੇ ਜਾ ਕੇ ਚੜਵਾ ਲਿਆਉਂਗੀ, ਆਪ ਵੀ ਤਾਂ ਮੈਂ ਪਾਉਣੀਆਂ ਹੀ ਆ। ਤੇ ਜਾਂ ਜਿੱਦਣ ਮੇਰਾ ਸ਼ਹਿਰ ਚੱਕਰ ਲੱਗਾ ਨਾ, ਰੀਤ ਤੇ ਪਾਖ ਨਹੀਂ ਦਿੰਦੇ ਨਹੀਂ ਪਾਉਂਦੀਆਂ ਬੀਬੀਆਂ, ਜੋ ਫਿਰ ਚੂੜੀ ਬਾਜੀ ਕੋ ਲੈ ਜੂੰਗੇ ਨਾ ਸ਼ਹਿਰ ਤੱਕ, ਜਿੱਦਣ ਮੇਰਾ ਚੱਕਰ ਲੱਗਾ ਫਿਰ ਉਹ ਸਾਈਜ਼ ਦੀਆਂ ਲਿਆ ਦੂੰਗੀ। ਕਲਰ ਵੀ ਚੁੱਕ
हाँ जी, आ भी बाजी तो इतने पा दी गए। ये हूँ अज मेरा टाइम नहीं लगना, अज असी जाना फतेहपुर, थोड़ा जिहा काम ते व्लॉग दा मैं कर दी एंड। और कमेंट च लाजमी दस्यो कि भाई सनवरा की पसंद मेरी भैनों किस तरह की लगी है। ते कमेंट च भी दस्यो जे मेरा पहला चापड़ा वाले पाँदी सी, फिर मेरे नाल रह रहे कि फुली वाले पाण लग पई, ये गल सच्ची है कि नहीं? बस 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 ठीक है, कमेंट च लाजमी भैनों दस्यो जे। तुहाडी बड़ी सोहणी पसंद आ, तुहाडी अपनी मां नूं नहीं पसंद आंदी है? ਉਹ ਵੀ ਵਿਗੜੀ ਤੇ ਤੂੰ ਵੀ ਵਿਗੜੀ। ਆਪਣੀ ਤੁਹਾਡੀ ਮੇਰਾ ਕਿਬਲੇ ਰੱਖ ਮੂੰਹ ਹੈ, ਤੁਹਾਡੀ ਆਪਣੀ ਮਾਂ ਨੂੰ ਤੁਹਾਡੀ ਪਸੰਦ ਨਹੀਂ ਪਸੰਦ ਆਉਂਦੀ। ਨਹੀਂ ਤੇ ਉਹ ਵੀ ਵਿਗੜੀ ਹੈ ਤੇ ਤੂੰ ਵੀ ਵਿਗੜੀ। ਵਿਗੜੀ ਵਾਲੀ ਕਿਹੜੀ ਗੱਲ ਆ, ਅਗਲੀ ਕਹਿੰਦੀ ਅਲੀ ਨੂੰ ਕੱਪੜਾ ਲੈਣਾ ਨਹੀਂ ਆਉਂਦਾ। ਚੰਗੇ ਨੇ ਮੈਂ ਤੁਹਾਡਾ ਪੋਲ ਖੋਲਿਆ, ਦੱਸਿਓ ਜੀ। ਹਾਂ ਮੈਂ ਤੁਹਾਡੇ ਪੋਲ ਖੋਲਿਆ ਹੁਣ। ਚੰਗੇ ਨੇ ਪਹਿਲਾਂ ਕੈਮਰਾ ਐਂਡ ਕਰਵਾ ਦਿੰਦੇ ਤਾਂ ਚੰਗਾ ਨਹੀਂ ਸੀ। ਅੱਛਾ ਜੀ, ਵਲੌਗ ਦਾ ਐਂਡ ਕਰਦੇ ਆ। ਅੱਲਾ ਹਾਫਿਜ਼। ਸੋਹਣੇ ਦੇ ਹਵਾਲੇ ਰੱਬ ਰੱਖਾ, ਅੱਲਾ ਹਾਫਿਜ਼। ਹਮੇਸ਼ਾ ਐਵੇਂ ਹੀ ਮੁਸਕਰਾਉਂਦੇ ਰਹੋ, ਹੱਸਦੇ ਰਹੋ, ਜਿਵੇਂ ਅਸੀਂ ਹੱਸਦੇ ਮੁਸਕਰਾ ਕੇ ਆਪਣੀ ਜ਼ਿੰਦਗੀ ਪਾਸ ਕਰਨੇ। ਰੱਬ ਤਾਲਾ ਤੁਹਾਨੂੰ ਆਪਣੀ ਹਿਫਜ਼ ਓ ਮਾਂ ਚ ਰੱਖੇ। ਅੱਲਾ ਹਾਫਿਜ਼।